ਹੋਲਾ ਮਹੱਲਾ ਮੌਕੇ ਲੱਖਾਂ ਦੀ ਗਿਣਤੀ 'ਚ ਸੰਗਤ ਦੁਨੀਆ ਭਰ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ। ਜਿਹੜੀ ਸੰਗਤ ਨਹੀਂ ਪਹੁੰਚ ਸਕੀ ਉਸਨੂੰ ਤਖ਼ਤ ਸਾਹਿਬ ਦੇ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਤੁਸੀਂ ਦਰਸ਼ਨ ਕਰ ਰਹੇ ਹੋ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਔਰ ਕਿਸ ਤਰ੍ਹਾਂ ਦਾ ਅਲੌਕਿਕ ਨਜ਼ਾਰਾ, ਕਿਸ ਤਰ੍ਹਾਂ ਦੀ ਆਨੰਦਮਈ ਤਸਵੀਰ। ਹੋਲੇ ਮਹੱਲੇ ਦੇ ਮੌਕੇ ਕੀਰਤਨ ਚੱਲ ਰਹੇ ਨੇ, ਗੁਰੂ ਦੀ ਉਸਤਤ ਚੱਲ ਰਹੀ ਹੈ। ਤਾਂ ਇਹ ਬੇਹੱਦ ਮਨਮੋਹਕ ਨਜ਼ਾਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਾਂ ਇਹ ਉਹ ਪਵਿੱਤਰ ਅਸਥਾਨ ਜਿੱਥੇ ਦਸਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ, ਖਾਲਸੇ ਦੀ ਜਨਮ ਭੂਮੀ ਹੈ। ਤਾਂ ਇਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਕੋਈ ਸਧਾਰਨ ਧਰਤੀ ਨਹੀਂ, ਆਨੰਦਾਂ ਦੀ ਪੁਰੀ। ਸ੍ਰੀ ਅਨੰਦਪੁਰ ਸਾਹਿਬ ਵਿਖੇ ਸੁਸ਼ੋਭਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਇਸੇ ਅਸਥਾਨ ਨੂੰ ਦਸਮ ਪਿਤਾ ਨੇ ਚੁਣਿਆ ਖਾਲਸਾ ਪੰਥ ਦੀ ਸਾਜਨਾ ਕਰਨ ਦੇ ਲਈ, ਔਰ ਇਸੇ ਅਸਥਾਨ ਤੇ ਇੱਕ ਨਿਰਾਲਾ, ਇੱਕ ਵੱਖਰਾ ਪੰਥ ਚਲਾਇਆ, ਖਾਲਸਾ ਸਾਜਿਆ, ਇੱਕ ਵੱਖਰਾ ਰੂਪ ਬਖਸ਼ਿਆ। ਔਰ ਉਹ ਖਾਲਸਾ ਕੱਲਾ ਕੱਲਾ ਸਿੰਘ, ਕੱਲਾ ਕੱਲਾ ਖਾਲਸਾ ਸਵਾ ਸਵਾ ਲੱਖ ਤੇ ਭਾਰੀ ਹੋਇਆ। ਗੁਰੂ ਦੀ ਅਪਾਰ ਕਿਰਪਾ, ਅਪਾਰ ਬਖਸ਼ੀ ਦੇ ਸਦਕਾ ਅੱਜ ਗੁਰੂ ਦੇ ਇਸ ਪਵਿੱਤਰ ਅਸਥਾਨ ਤੇ ਖਾਲਸਾ ਆਪਣੀ ਜਨਮ ਭੂਮੀ ਤੇ ਨਤਮਸਤਕ ਹੋਣ ਦੇ ਲਈ ਪਹੁੰਚ ਰਿਹਾ ਹੈ, ਹੋਲਾ ਮਹੱਲਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਪਹੁੰਚ ਰਿਹਾ। ਪੂਰੀ ਦੁਨੀਆ ਜਿੱਥੇ ਹੋਲੀ ਮਨਾਉਂਦੀ ਹੈ, ਪੂਰਾ ਦੇਸ਼ ਹੋਲੀ ਮਨਾਉਂਦਾ, ਤਾਂ ਉੱਥੇ ਗੁਰੂ ਦਾ ਖਾਲਸਾ, ਗੁਰੂ ਦੇ ਸਿੰਘ ਹੋਲਾ ਮਹੱਲਾ ਮਨਾਉਂਦੇ ਨੇ। ਔਰ 3 ਦਿਨ ਦਾ ਸਮਾਗਮ, 2 ਦਿਨ ਅੱਜ ਬੀਤ ਚੁੱਕੇ ਨੇ, 3 ਦਿਨ ਤੁਸੀਂ ਗੁਰੂ ਦੀਆਂ ਲਾਡਲੀਆਂ ਫੌਜਾਂ ਦਾ ਮਹੱਲਾ ਦੇਖੋਗੇ ਕਿ ਕਿਵੇਂ ਉਹ ਮਹੱਲਾ ਇੱਥੋਂ ਸ਼ੁਰੂ ਹੋ ਕੇ ਚਰਨ ਗੰਗਾ ਸਟੇਡੀਅਮ ਤੱਕ ਪਹੁੰਚੇਗਾ, ਔਰ ਉੱਥੇ ਜਾ ਕੇ ਜੰਗਜੂ ਕਰਤੱਬ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਦੇਖਣ ਵਾਲੇ ਹੋਣਗੇ। ਖਾਲਸਾਈ ਖੇਡਾਂ, ਖਾਲਸਾਈ ਜਾਹੋ ਜਲਾਲ, ਉਸਦੇ ਤੁਸੀਂ ਦਰਸ਼ਨ ਕਰ ਸਕੋਗੇ। ਤਾਂ ਐਸਾ ਆਨੰਦਮਈ, ਐਸਾ ਅਲੌਕਿਕ ਨਜ਼ਾਰਾ ਇੱਥੇ ਦੇਖਣ ਨੂੰ ਮਿਲਦਾ ਹੈ, ਇੱਥੇ ਦਰਸ਼ਨ ਹੁੰਦੇ ਨੇ, ਜਿਸ ਦੀ ਹਰ ਇੱਕ ਤਸਵੀਰ ਤੁਸੀਂ ਆਪਣੀਆਂ ਅੱਖਾਂ ਦੇ ਅੰਦਰ, ਆਪਣੇ ਮਨ ਦੇ ਅੰਦਰ ਵਸਾ ਲੈਣਾ ਚਾਹੋਗੇ। ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18, ਸ੍ਰੀ ਅਨੰਦਪੁਰ ਸਾਹਿਬ। ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪੂਜਰੀ ਮਹੱਲਾ ਪੰਜਵਾ। ਕਾਹੇ ਰੇ ਮਨ ਚਿਤ ਵਹਿ ਹਰ ਹਰ ਜੀਓ ਪਰਿਆ,
ਸੈਲ ਪੱਥਰ ਮਹਿ ਜੰਤ ਉਪਾਏ ਤਾਤਾ ਰਿਜਕ ਕਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਾਦ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਉਡਿਆ ਵੈ ਸੈ ਕੁਸਤਾ ਤਿਸ ਤਿਨ ਕਵਨ ਖਿਲਾਵੈ ਕਵਨ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਸਦ ਵੱਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਸਭ ਨਿਧਾਨ ਦਾਸ ਅਸਤ ਸਿਧਾਨ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਵਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗਮਾਗਮ ਅਪਾਰ ਸਭ ਤੇ ਆਵੈ ਹੈ ਸਭ ਤੇ ਆਵੈ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਪਿਆ ਕਾ ਦਾਤਾਰਾ ਹਰ ਪਿਆਵ ਹੋ ਸੰਤ ਹੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਵੈ ਹਰ ਪਿਆਵੈ ਤੁਧ ਜੀ ਸੇ ਜਨ ਯੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਏ ਜਿਨ ਹਰ ਧਿਆਇਆ ਹੋ ਜਿਨ ਹਰ ਤਿਨ ਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸਿਆ ਹਰ ਕੀ ਤੇ ਹਰ ਹਰ ਰੂਪ ਆ ਜੀ ਜਨ ਨਾਨਕ ਤਿਨ ਬਲ ਜਾਸੀ